ਅੱਜ ਦੇ ਦੌਰ ਦੇ ਵਿੱਚ ਆਮ ਜ਼ਿੰਦਗੀ ਜੀਣ ਦੇ ਲਈ ਸਭ ਤੋਂ ਔਖਾ ਹੁੰਦਾ ਜੇਕਰ ਕੋਈ ਬਿਮਾਰ ਹੋ ਜਾਵੇ ਤਾਂ ਹਸਪਤਾਲਾਂ ਦੇ ਵਿੱਚ ਧੱਕੇ ਨੇ ਜਿਹੜੇ ਉਹ ਖਾਣੇ ਪੈਂਦੇ ਨੇ, ਪਰ ਕੁਝ ਲੋਕ ਅਜਿਹੇ ਨੇ ਜੋ ਸਮਾਜ ਸੇਵਾ ਦੇ ਲਈ ਅੱਗੇ ਆਉਂਦੇ ਨੇ ਤਾਂ ਉਹਨਾਂ ਲੋਕਾਂ ਦਾ ਸਹਾਰਾ ਬਣਦੇ ਨੇ। ਗੱਲ ਜੇਕਰ ਡਾਇਲਸਿਸ ਦੀ ਕਰੀਏ ਤਾਂ ਇਹ ਅਜਿਹੀ ਬਿਮਾਰੀ ਬਣ ਚੁੱਕੀ ਹੈ, ਪਹਿਲਾਂ ਹੁੰਦਾ ਸੀ ਕਿ ਕਿਸੇ ਨੂੰ ਸੁਣਨ ਦੇ ਵਿੱਚ ਆਉਂਦੀ ਸੀ ਜਾਂ ਫਿਰ ਹੁੰਦੀ ਸੀ ਕਿ ਡਾਇਲਸਿਸ ਦੀ ਪ੍ਰੋਬਲਮ ਆ, ਪਰ ਅੱਜ ਕੱਲ੍ਹ ਆਮ ਬਿਮਾਰੀ ਬਣਦੀ ਹੋਈ ਨਜ਼ਰ ਆ ਰਹੀ ਹੈ ਤਾਂ ਹਰ ਇੱਕ ਬੰਦਾ ਜਿਹੜਾ ਇਸ ਤੋਂ ਪੀੜਿਤ ਹੈ ਉਹ ਨਜ਼ਰ ਆ ਰਿਹਾ। ਜਿੱਥੇ ਡਾਇਲਸਿਸ ਹੁੰਦੀ ਹੈ ਉਹ ਬੰਦਾ ਤਾਂ ਪਰੇਸ਼ਾਨ ਹੁੰਦਾ ਹੀ ਹੈ, ਨਾਲ ਉਹਦੀ ਪੂਰੀ ਫੈਮਿਲੀ ਆ ਉਹ ਤਿਲ ਤਿਲ ਕਰਕੇ ਜ਼ਰੂਰ ਜਿਹੜੇ ਕਿ ਮਰਦੀ ਹੋਈ ਨਜ਼ਰ ਆਉਂਦੀ ਹੈ। ਤਾਂ ਇਸੇ ਲੋਕਾਂ ਦਾ ਸਹਾਰਾ ਬਣਨ ਦੇ ਲਈ ਹੈਲਪਫੁਲ ਐਨ ਜੀ ਓ ਦੇ ਵੱਲੋਂ ਇੱਕ ਉਪਰਾਲਾ ਕੀਤਾ ਗਿਆ, ਫ੍ਰੀ ਡਾਇਲਸਿਸ ਸੈਂਟਰ ਖੋਲ੍ਹਿਆ ਗਿਆ। ਮੇਰੇ ਨਾਲ ਦੀਪਕ ਗਰਜ ਮੌਜੂਦ ਨੇ, ਗੱਲਬਾਤ ਕਰ ਲੈਂਦੇ ਹਾਂ। ਦੀਪਕ ਜੀ, ਕਿਵੇਂ ਜਹਿਨ ਦੇ ਵਿੱਚ ਆਇਆ ਕਿ ਡਾਇਲਸਿਸ ਸੈਂਟਰ ਖੋਲ੍ਹ ਕੇ ਲੋਕਾਂ ਦੀ ਸੇਵਾ ਕਰਨੀ ਹੈ? ਪਹਿਲਾਂ ਤਾਂ ਦੈਨਿਕ ਸਵੇਰਾ ਦਾ ਬਹੁਤ ਬਹੁਤ ਧੰਨਵਾਦ ਹੈ ਜਿਹੜੇ ਤੁਸੀਂ ਇੱਥੇ ਪਹੁੰਚੇ ਹੋ। ਦੇਖੋ, ਸੇਵਾ ਤਾਂ ਸਾਡੀ ਤਕਰੀਬਨ 10-12 ਸਾਲ ਤੋਂ ਚੱਲ ਰਹੀ ਸੀਗੀ। 7 ਕੁ ਸਾਲ ਪਹਿਲਾਂ ਤੋਂ ਅਸੀਂ ਡਾਇਲਸਿਸ ਜਿਹੜੇ ਮਰੀਜ਼ ਪ੍ਰਾਈਵੇਟ ਹਸਪਤਾਲਾਂ 'ਚ ਕਰਾਉਂਦੇ ਸੀ। ਮੈਂ ਸਮਾਜ ਨੂੰ ਤੁਹਾਡੇ ਚੈਨਲ ਵੱਲੋਂ ਇੱਕ ਆਪਣੇ ਵੱਲੋਂ ਅਤੇ ਤੁਹਾਡੇ ਚੈਨਲ ਦੇ ਮਾਧਿਅਮ ਦੱਸ ਰਿਹਾ ਕਿ ਵੀ ਡਾਇਲਸਿਸ ਮਰੀਜ਼ ਕਿੰਨੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ। ਮੇਰੇ ਹਿਸਾਬ ਨਾਲ ਜਿਹੜਾ ਡਾਇਲਸਿਸ ਮਰੀਜ਼ ਆ ਉਹ ਕੈਂਸਰ ਜਾਂ ਹਾਰਟ ਜੜ ਜਿਹੜਾ ਮਰੀਜ਼ ਆ ਉਹਨਾਂ ਤੋਂ ਵੀ ਜ਼ਿਆਦਾ ਦੁਖੀ ਹੁੰਦਾ। ਉਹ ਕਿਉਂ? ਕਿਉਂਕਿ ਉਹ ਤਿਲ ਤਿਲ ਮਰਦਾ। ਤੁਸੀਂ ਵੀ ਕਿਹਾ ਕਿ ਤਿਲ ਤਿਲ ਕਿਉਂ? ਇੱਕ ਡਾਇਲਸਿਸ ਇੱਕ ਮਰੀਜ਼ ਦੀ ਮਹੀਨੇ 'ਚ 8 ਡਾਇਲਸਿਸਾਂ ਹੁੰਦੀਆਂ ਨੇ, ਘੱਟ ਤੋਂ ਘੱਟ ਨੇ, ਕਿਸੇ ਦੀ 12 ਵੀ ਹੁੰਦੀਆਂ ਨੇ। ਕਹਿਣ ਦਾ ਮਤਲਬ ਮਰੀਜ਼ ਅੱਜ ਡਾਇਲਸਿਸ ਕਰਵਾ ਕੇ ਜਾ ਰਿਹਾ ਹੈਗਾ, ਡਾਇਲਸਿਸ ਕਰਵਾਉਣ ਤੋਂ ਬਾਅਦ 72 ਘੰਟੇ ਬਾਅਦ ਫਿਰ ਆਊਗਾ, ਅੱਜ ਘਰੇ ਜਾਊਗਾ, ਨਾਲ ਇੱਕ ਘਰ ਦਾ ਫੈਮਿਲੀ ਮੈਂਬਰ ਆਉਂਦਾ ਹੈਗਾ। ਪਹਿਲੀ ਗੱਲ ਤਾਂ ਨਾ ਤਾਂ ਉਹ ਕੰਮ ਕਰੂਗਾ, ਨਾ ਹੀ ਉਹਦੇ ਨਾਲ ਆ ਰਿਹਾ ਉਹ ਕੰਮ ਕਰੂਗਾ। ਇੱਥੋਂ ਡਾਇਲਸਿਸ ਕਰਾਉਂਦਾ ਜਾਂਦਾ ਹੈ, ਫਿਰ ਇੱਕ ਦਿਨ ਛੁੱਟੀ ਲੈ ਕੇ ਫਿਰ ਇੱਥੇ ਆ ਜਾਂਦਾ ਹੈ, ਅਤੇ ਡਾਇਲਸਿਸ ਮਰੀਜ਼ ਤਿਲ ਤਿਲ ਮਰਦਾ ਹੈਗਾ। ਔਰ ਮੈਂ ਸਭ ਤੋਂ ਪਹਿਲਾਂ ਬਾਕੀ ਕੁਸ਼ਚਨ ਪੁੱਛੋ ਨਾ ਪੁੱਛੋ, ਪਹਿਲਾਂ ਮੈਂ ਆਪਣੀ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਕਹਿ ਰਿਹਾ, ਸਭ ਤੋਂ ਪਹਿਲਾਂ ਆਇਆ, ਜਿਹੜਾ ਡਾਇਲਸਿਸ ਮਰੀਜ਼ ਹੈ ਜੇ ਉਹਦੇ ਸਿਰ 'ਤੇ ਕੋਈ ਕਰਜ਼ਾ ਹੈ, ਕਰਜ਼ਾ ਮਾਫ਼ ਕਰੇ, ਅਤੇ ਜਿਹੜਾ ਆਯੁਸ਼ਮਾਨ ਦੇ ਤਹਿਤ ਵੀ ਜਿਹੜੇ ਹੈਗੇ ਆ ਪੈਸੇ, ਇਹ ਘੱਟ ਮਿਲਦੇ ਨੇ, ਵੱਧ ਮਿਲਣੇ ਚਾਹੀਦੇ। ਔਰ ਡਾਇਲਸਿਸ ਮਰੀਜ਼ਾਂ ਨੂੰ ਹਰ ਇੱਕ ਸਹੂਲੀਅਤ ਮਿਲਣੀ ਚਾਹੀਦੀ ਹੈ। ਸਭ ਤੋਂ ਵੱਡੀ ਇਨਸਾਨੀਅਤ ਦੀ ਸੇਵਾ ਸਮਾਜ ਨੂੰ ਵੀ ਮੈਂ ਕਹਿ ਰਿਹਾ, ਠੀਕ ਹੈ, ਸਮਾਜ ਜਦਾਂ ਸਾਡਾ ਡਾਇਲਸਿਸ ਸੈਂਟਰ ਖੁੱਲ੍ਹਿਆ, ਪ੍ਰੇਰਣਾ ਵੱਧ ਮਿਲ ਰਹੀ ਹੈ ਲੋਕਾਂ ਨੂੰ, ਸਾਡੇ ਨਾਲ ਕਈ ਸੰਸਥਾ ਵੀ ਸੰਪਰਕ 'ਚ ਹੈਗੀਆਂ, ਕਈ ਕਹਿੰਦੇ ਨੇ, ਅੱਜ ਵੀ ਮੈਨੂੰ ਮੁਹਾਲੀ ਤੋਂ ਫੋਨ ਆਇਆ ਸੀ, ਕਹਿੰਦੇ ਗਰਕ ਸਾਹਿਬ ਮੈਂ ਵੀਡੀਓ ਪਾਈ ਸੀ 15 ਮਸ਼ੀਨਾਂ ਲਈ, ਉਹ ਕਹਿੰਦੇ ਇੱਕ ਮਸ਼ੀਨ ਅਸੀਂ ਦਿੰਦੇ ਹਾਂ ਅਤੇ ਤੁਸੀਂ ਇੱਥੇ ਵੀ ਆਓ। ਆਪਣਾ ਹੋਰ ਬਾਕੀ ਕਈਆਂ ਸੰਸਥਾ ਨੇ ਸਾਨੂੰ ਹਸਪਤਾਲ ਖੋਲ੍ਹਣ ਲਈ ਕਿਹਾ ਹੈਗਾ, ਖੋਲ੍ਹਾਂਗੇ ਅਸੀਂ ਜੋ ਹੈ। ਮੈਂ ਸਮਾਜ ਨੂੰ ਕਹਿ ਰਿਹਾ, ਸਮਾਜ 'ਚ ਸਭ ਤੋਂ ਵੱਡਾ ਕਰਮ ਹੈ। ਇਹ ਪਹਿਲਾਂ ਚੀਜ਼ਾਂ ਕਿਉਂ ਲੈ ਰਿਹਾ? ਕਿਉਂਕਿ ਲਾਸਟ ਦੇਖਦੇ ਨੇ ਇਹ ਚੀਜ਼ਾਂ, ਮੈਂ ਤਾਂ ਤੁਹਾਡੇ ਚੈਨਲ ਮਾਧਿਅਮ ਲੈ ਰਿਹਾ। ਧਰਮ ਸਾਰੇ ਵਧੀਆ, ਕੋਈ ਵੀ ਮਾੜਾ ਧਰਮ ਨਹੀਂ ਹੈ। ਆਪਾਂ ਨਾ ਹੀ ਪਰਮਾਤਮਾ ਨੂੰ ਕੁਝ ਦੇ ਸਕਦੇ ਹਾਂ, ਜਿਹਨੇ ਸਾਨੂੰ ਸਾਰਾ ਕੁਝ ਦਿੱਤਾ ਉਹ ਨਾ ਤੁਹਾਡੇ ਕੋਲ ਮੰਗਦਾ, ਨਾ ਹੀ ਤੁਹਾਡੀ ਔਕਾਤ ਹੈ ਕੁਝ ਦੇ ਦਿਉਂਗੇ। ਸਿਰਫ ਆਪਾਂ ਪਰਮਾਤਮਾ ਨੂੰ ਆਪਣਾ ਸੇਵਾ ਦੇ ਸਕਦੇ ਹਾਂ, ਠੀਕ ਹੈ ਕਿ ਨਹੀਂ? ਜਿਹੜਾ ਨਾਮ ਸਿਮਰਨ ਹੈ ਉਹ ਜਿੱਥੇ ਮਰਜ਼ੀ ਬਹਿ ਕੇ ਕਰ ਲਓ, ਭਾਵੇਂ ਧਾਰਮਿਕ ਸਥਲ 'ਚ ਕਰ ਲਓ, ਜਿੱਥੇ, ਮੈਂ ਨਹੀਂ ਕਹਿੰਦਾ ਜਿੱਥੇ ਮਰਜ਼ੀ ਕਰੋ, ਮੇਰਾ ਕੋਈ ਇਸ਼ੂ ਨਹੀਂ ਹੈਗਾ ਧਰਮ ਦਾ, ਪਰਮਾਤਮਾ ਇੱਕ ਹੈ ਤਾਂ ਸਾਰੇ ਧਰਮ ਇੱਕੋ ਹੀ ਨੇ, ਆਪਾਂ ਬਣਾਏ ਅਲੱਗ ਅਲੱਗ ਹੈ। ਮੈਂ ਸਮਾਜ ਨੂੰ ਅਤੇ ਸਰਕਾਰਾਂ ਨੂੰ ਅਤੇ ਜਿੰਨੇ ਵੀ ਧਾਰਮਿਕ ਸੰਸਥਾਵਾਂ, ਘੱਟ ਤੋਂ ਘੱਟ 5-5 ਮਸ਼ੀਨਾਂ ਤਾਂ ਲਗਾ ਹੀ ਲਿਓ, ਕਿਉਂਕਿ ਇੱਕ ਡਾਇਲਸਿਸ ਪ੍ਰਾਈਵੇਟ ਦੀ ਜਿਹੜੀ ਹੈਗੀ ਨਾ, ਜਿਹੜੀ ਛੋਟੀ ਮਸ਼ੀਨ ਹੈ, ਘੱਟ ਤੋਂ ਘੱਟ ਵੀ ਉਹਦਾ 20-30 ਹਜ਼ਾਰ ਖਰਚਾ ਆਉਂਦਾ। ਸਾਡੇ ਕੋਲ ਜਿਹੜੀਆਂ 5 ਮਸ਼ੀਨਾਂ ਸਾਨੂੰ ਪ੍ਰਤੋਸ਼ ਗਰਗ ਜੀ ਨੇ ਹੈਪੀ ਫੋਰਜਿੰਗ ਆਇਲੈਂਡ ਡਬਲ ਫਿਲਟਰ ਵਾਲੀ ਦਿੱਤੀ, ਉਹਦੇ ਕਰਕੇ ਇੰਡੀਆ ਦਾ ਪਹਿਲਾ ਡਾਇਲਸਿਸ ਸੈਂਟਰ ਹੈ। ਨੌਰਥ ਇੰਡੀਆ 'ਚ ਕਿਸੇ ਵੀ ਹਸਪਤਾਲ 'ਚ ਵੱਡੇ 'ਚ ਆ 5 ਮਸ਼ੀਨਾਂ ਨਹੀਂ ਹੈਗੀਆਂ। ਔਰ ਸਭ ਤੋਂ ਵੱਡੀ ਗੱਲ ਹੈ, ਇਹ ਬਿਲਕੁਲ ਇੱਥੇ ਕੋਈ ਪੈਸਾ ਨਹੀਂ ਹੈ, ਕੰਟੀਨ ਤੱਕ ਵੀ ਰਿਹਾ, ਕੈਸ਼ ਕਾਊਂਟਰ ਨਹੀਂ ਹੈ। ਸਭ ਤੋਂ ਵੱਡੀ ਗੱਲ ਹੈ, ਡਾਇਲਸਿਸ ਸੈਂਟਰ ਅਸੀਂ ਖੋਲ੍ਹਣ ਦੀ ਪ੍ਰੇਰਣਾ ਅਸੀਂ 7 ਸਾਲ ਤੋਂ
ਪ੍ਰਾਈਵੇਟ ਹਸਪਤਾਲਾਂ 'ਚ ਡਾਇਲਸਿਸ ਮਰੀਜ਼ ਦੀ ਡਾਇਲਸਿਸ ਕਰਵਾ ਰਹੇ ਸੀਗੇ, ਉੱਥੋਂ ਇਹ ਪ੍ਰੇਰਣਾ ਸਾਨੂੰ ਮਿਲੀ ਹੈ ਤਾਂ ਸਾਡੇ ਮੈਂਬਰਾਂ ਦੇ ਸਹਿਯੋਗ ਨਾਲ, ਬਾਕੀ ਬਿਜ਼ਨਸਮੈਨਾਂ ਦੇ ਸਹਿਯੋਗ ਨਾਲ ਇਸ ਮੁਕਾਮ 'ਤੇ ਅਸੀਂ ਪਹੁੰਚੇ। 6 ਕਰੋੜ ਰੁਪਇਆ ਇੱਥੇ ਲੱਗ ਚੁੱਕਿਆ ਹੈਗਾ। ਦੇਖੋ ਜੀ, ਧਾਰਮਿਕ ਸੰਸਥਾ ਨੇ ਤੁਸੀਂ ਗੱਲ ਕੀਤੀ, ਬਹੁਤ ਸਾਰੇ ਧਾਰਮਿਕ ਸੰਸਥਾਨਾਂ ਦੇ ਜਿਹੜੇ ਨੁਮਾਇੰਦੇ ਨੇ ਜਾਂ ਫਿਰ ਮੁਖੀ ਨੇ, ਉਹਨਾਂ ਦੇ ਵੱਲੋਂ ਉਪਰਾਲੇ ਕੀਤੇ ਜਾਂਦੇ ਨੇ ਇਹੋ ਜਿਹੇ, ਪਰ ਕੀ ਲੱਗਦਾ ਕਿ ਜਿਹੜੇ ਬਾਕੀ ਧਾਰਮਿਕ ਸੰਸਥਾਵਾਂ ਨੇ ਉਹਨਾਂ ਨੂੰ ਵੀ ਚਾਹੀਦਾ ਹੈ ਕਿ ਮੈਡੀਕਲ ਦੀ ਸੁਵਿਧਾ ਜਿਹੜੀ ਆ ਉਹ ਲੋਕਾਂ ਦੇ ਲਈ ਧਿਆਨ ਦੇ ਵਿੱਚ ਰੱਖਦੇ ਹੋਏ ਅਜਿਹੇ ਸੈਂਟਰ ਖੋਲ੍ਹੇ ਜਾਣੇ ਚਾਹੀਦੇ ਨੇ? ਦੇਖੋ, ਮੈਂ ਤੁਹਾਨੂੰ ਦੱਸ ਦੇਵਾਂ, ਬਦਕਿਸਮਤ ਹੈ ਪਿਛੋਕੜ ਸਾਡੇ ਸਮਾਜ ਦੇ ਅਨਪੜ੍ਹ ਸੀਗਾ। ਤੁਸੀਂ ਦੇਖੋ, ਜਿੱਥੇ ਅਸੀਂ ਆਹ ਡਾਇਲਸਿਸ ਸੈਂਟਰ ਖੋਲ੍ਹਿਆ, 125 ਬੱਚੇ ਐਜੂਕੇਸ਼ਨ ਲੈ ਰਹੇ। ਜਦ ਤੱਕ ਸਮਾਜ ਪੜ੍ਹਿਆ ਲਿਖਿਆ ਨਹੀਂ ਜਾਊਗਾ, ਉਹ ਧਰਮ ਨੂੰ ਸਹੀ ਸਮਝ ਨਹੀਂ ਪਾਊਗਾ। ਜਿਵੇਂ ਭੇਡ ਚਾਲ ਵਾਂਗੂ ਜਿਵੇਂ ਕੋਈ ਸਮਝਾ ਦੂਗਾ ਉਸ ਤਰ੍ਹਾਂ ਤੁਰੇ ਰਹਿਣਗੇ। ਅੱਜ ਪੜ੍ਹਿਆ ਲਿਖਿਆ ਸਮਾਜ ਹੋ ਰਿਹਾ ਹੈਗਾ, ਹਰ ਇੱਕ ਬੱਚਾ ਧਰਮ ਲਈ ਉਹ ਅੱਗੇ ਆਊਗਾ ਜੇ ਉੱਥੇ ਕਰਮ ਹੋਊਗਾ ਧਰਮ ਸਥਾਨ 'ਚ। ਕਿਉਂਕਿ ਅੱਜ ਕੱਲ੍ਹ ਦੇਖਦਾ ਕੋਈ ਵੀ ਦਾਨ ਕਰਦਾ, ਅਗਲਾ ਕਹਿੰਦਾ ਦਾਨ ਉੱਥੇ ਦੇਣਾ ਜਿੱਥੇ ਕਿਸੇ ਨੂੰ ਸੇਵਾ ਵੀ ਮਿਲ ਰਹੀ ਹੈ। ਮੈਂ ਜਿੰਨੇ ਵੀ ਧਰਮ ਅਧਾਰੇ ਨੇ, ਤੁਸੀਂ ਕੰਮ ਜੋ ਮਰਜ਼ੀ ਕਰੋ, ਮੇਰੀ ਕੋਈ ਉਹ ਕਿੰਤੂ ਪਰੰਤੂ ਨਹੀਂ ਹੈਗਾ। ਘੱਟ ਤੋਂ ਘੱਟ ਜੇ ਇੱਕ ਇੱਕ ਧਰਮ ਸਥਲ ਆਪਣੇ ਮੰਦਰ ਗੁਰਦੁਆਰੇ, ਮੰਨ ਲਓ ਆਪਣੇ ਪੰਜਾਬ 'ਚ ਤਾਂ ਮੰਦਰ ਗੁਰਦੁਆਰੇ ਜ਼ਿਆਦਾ ਨੇ, ਹਰ ਗਲੀ 'ਚ ਹੈਗੇ। ਮੈਂ ਤੁਹਾਨੂੰ ਦੱਸ, ਹਰ ਗਲੀ ਹੈ ਮੰਦਰ ਗੁਰਦੁਆਰੇ ਵਾਲਾ ਹੀ, ਆਪਣੇ ਮਹੱਲੇ ਦੇ ਕੋਈ ਬਿਮਾਰ ਆ, ਕੋਈ ਪੜ੍ਹਨ ਵਾਲਾ ਬੱਚਾ ਹੋਵੇ ਉਹਦੀ ਸੇਵਾ ਕਰੀ ਜਾਵੇ। ਸਾਡੇ ਵਰਗੀਆਂ ਦੀ ਲੋੜ ਹੀ ਨਹੀਂ, ਕਰਦੇ ਨਹੀਂ। ਬਦਕਿਸਮਤੀ ਇਹ ਹੈ, ਹਰ ਇੱਕ ਪਾਸੇ ਚੌਧਰ ਹੈਗੀ। ਔਰ ਮੇਰੀ ਫਿਰ ਹੱਥ ਜੋੜ ਕੇ ਧਰਮ ਅਧਾਰਿਆਂ ਨੂੰ, ਜਿੰਨਾ ਰੁਪਈਆ ਧਰਮ ਅਧਾਰੇ ਕੋਲ ਹੈ, ਕੇਂਦਰ ਦੀ ਸਰਕਾਰ ਕੋਲ ਵੀ ਇੰਨਾ ਰੁਪਈਆ ਨਹੀਂ ਹੈ। ਬਦਕਿਸਮਤੀ ਹੈ ਜਿਹੜਾ ਸਾਡਾ ਧਰਮਦਾਰੇ ਆ, ਸੰਤ ਸਮਾਜ ਸਾਨੂੰ ਬਸ ਪ੍ਰੇਰਣਾ ਤਾਂ ਇਹ ਦਿੰਦੇ ਨੇ, ਪੈਸੇ ਦੀ ਲੋੜ ਨਹੀਂ, ਪੈਸੇ ਤੋਂ ਕਾਹਦਾ ਮੋਹ ਕਰਨਾ, ਆਪ ਸਭ ਕੁਛ ਲਈ ਜਾ ਰਹੇ ਨੇ। ਉਹ ਮੈਂ ਕਹਿੰਦਾ ਜਿੱਥੇ ਧਰਮ ਸਿਖਾ ਰਹੇ ਉੱਥੇ ਕਰਮ ਸਿਖਾਓ। ਆਪਾਂ ਸਾਡਾ ਸੰਤ ਸਮਾਜ ਸਾਨੂੰ ਕਰਮ ਨਹੀਂ ਸਿਖਾ ਸਕਿਆ। ਸਿਰਫ 2% ਜਿਹੜੇ ਲੋਕ ਇਹੋ ਜਿਹੇ ਹੈਗੇ ਧਰਮ ਅਧਾਰੇ ਵਧੀਆ, ਜਿਨ੍ਹਾਂ ਨੇ ਹਸਪਤਾਲ ਵੀ ਬਣਾਏ, ਐਜੂਕੇਸ਼ਨ ਵੀ ਬਣਾਏ, ਕਿਉਂਕਿ 5 ਉਂਗਲੀਆਂ ਬਰਾਬਰ ਨਹੀਂ ਹੋ ਸਕਦੀ। ਅੱਜ ਧਰਮ ਵਾਲਿਆਂ ਨੂੰ ਇਸ ਚੀਜ਼ ਦੀ ਹੋਣੀ ਚਾਹੀਦੀ ਹੈ, ਅਸੀਂ ਧਰਮ ਜਿੱਥੇ ਹੈ ਉੱਥੇ ਕਰਮ ਦੀ ਸੇਵਾ। ਔਰ ਮੈਂ ਕਹਿੰਦਾ ਸੰਤ ਸਮਾਜ ਨੂੰ ਵੀ ਇਹ ਕਹਿੰਦਾ, ਜਿਹੜੇ ਵੀ ਹੈਗਾ ਤੁਹਾਡੇ ਆਪਣੇ ਅਨਿਆਏ ਨੇ, ਉਹਨਾਂ ਜਿਹੜੇ ਚੇਲੇ 'ਚ ਹੈਗੇ ਆ, ਸਿੱਸੇ ਹੈਗੇ ਆ, ਉਹਨਾਂ ਨੂੰ ਧਰਮ ਦੀ ਸੇਵਾ ਸਿਖਾਓ। ਧਰਮ ਦੇ ਨਾਲ ਨਾਲ ਕਰਮ ਦੀ, ਸੋਰੀ, ਧਰਮ ਦੇ ਨਾਲ ਕਰਮ ਦੀ ਸੇਵਾ ਸਿਖਾਓ। ਉਹਨਾਂ ਨੂੰ ਇਹ ਦੱਸੋ ਕਿ ਬਈ ਤੁਸੀਂ ਇੱਥੇ ਕਰਮ ਕਰੋਗੇ, ਕੋਈ ਬੱਚਾ ਪੜ੍ਹਨ ਵਾਲਾ ਉਹਦੀ ਫੀਸ ਦਿਓ, ਕੋਈ ਦਵਾਈ ਲੈਣ ਵਾਲਾ ਦਵਾਈ ਦਿਓ, ਜੇ ਕੋਈ ਇਲਾਜ ਕਰਾਉਣਾ ਉਹ ਇਲਾਜ ਕਰਾਓ, ਉਹਦੀ ਜ਼ਰੂਰਤ ਪੂਰੀ ਕਰੋ। ਅਸਲੀ ਧਰਮ ਉਹ ਹੈ, ਧਰਮ ਧਰਤੀ 'ਤੇ ਬਣਿਆ, ਕਰਮ ਉੱਪਰੋਂ ਬਣ ਕੇ ਆਇਆ ਹੈਗਾ। ਦੇਖੋ ਜੀ, ਇਸ ਦੇ ਨਾਲ ਨਾਲ ਤੁਸੀਂ ਹੋਰ ਕਿਹੜੇ ਸਮਾਜਿਕ ਕੰਮਾਂ ਦੇ ਵਿੱਚ ਯੋਗਦਾਨ ਪਾ ਰਹੇ ਹੋ? ਦੇਖੋ, ਐਜੂਕੇਸ਼ਨ ਹੈ, ਜਿਹੜੇ ਕਿ ਸਾਡੇ ਜਿਹੜੇ ਬੱਚੇ ਅਡੋਪਟ ਕੀਤੇ ਹੋਏ ਨੇ ਡੈਲਸੀ ਵਾਲੇ ਵਿਭਾਗ, ਤੁਹਾਨੂੰ ਮੈਂ ਦੱਸ ਦੇਵਾਂ, 3 CA ਬੱਚੇ ਕਰ ਰਹੇ ਨੇ, ਇੱਕ ਡਾਕਟਰੀ ਕਰ ਰਹੀ ਹੈ ਲੜਕੀ, ਇੱਕ IPS ਕਰ ਰਹੀ ਹੈ, 35 ਬੱਚੇ ਇੰਜੀਨੀਅਰਿੰਗ ਕਰ ਰਹੇ ਨੇ, ਬਾਕੀ ਹੋਰ ਛੋਟੇ ਛੋਟੇ ਬੱਚੇ ਪੜ੍ਹ ਰਹੇ ਨੇ, ਜਿਹੜੇ ਕਿ ਜ਼ਰੂਰਤਮੰਦ ਸਮਾਜ ਹੈ ਉਹਦਾ ਹੋ ਗਿਆ, ਜਿਹੜੇ ਬਜ਼ੁਰਗ ਹੈਗੇ ਉਹਨਾਂ ਦੀ ਰਾਸ਼ਨ ਦੀ ਸੇਵਾ। ਤਕਰੀਬਨ ਤੁਸੀਂ ਇਹ ਦੇਖੋ, ਮੈਂ ਤੁਹਾਨੂੰ ਦੱਸਦਾ, ਜਿਹੜੇ ਛੋਟੇ ਮੋਟੇ ਹਸਪਤਾਲ ਹੈ ਉਹਨਾਂ 'ਚ ਜਿਹੜੇ ਮਰੀਜ਼ ਹੈਗੇ, ਬੱਚੇ ਹੈਗੇ, ਉਹਨਾਂ ਦੀ ਦਵਾਈ ਦੀ ਸੇਵਾ ਚੱਲ ਰਹੀ ਹੈ, ਇਲਾਜ ਦੀ ਸੇਵਾ ਸਾਡਾ 15 ਹਸਪਤਾਲਾਂ ਨਾਲ, ਜਿਵੇਂ DMC ਹੋ ਗਿਆ, ਦੀਪ ਹੋਸਪਿਟਲ ਹੋ ਗਿਆ, ਦੀਪਕ ਹਾਰਟ ਸੈਂਟਰ ਹੋ ਗਿਆ, ਗੁਰੂ ਨਾਨਕ, ਇਹੋ ਜਿਹੇ 15 ਹਸਪਤਾਲ ਨੇ, CMC ਹੋ ਗਿਆ, ਇਹਨਾਂ ਨਾਲ ਟਾਈਅਪ ਹੈਗਾ, ਜਿਹੜੇ ਕਿ ਉੱਥੇ ਅਸੀਂ ਆਪਣੇ ਮਰੀਜ਼ ਭੇਜ ਕੇ ਇਲਾਜ ਕਰਾ ਰਹੇ ਹੈਗੇ। ਸਮਾਜ ਨੂੰ ਜਿਹੜੇ ਜ਼ਰੂਰਤਮੰਦ ਹੈ, ਬੇਸਹਾਰਾ ਹੈ, ਉਹਨਾਂ ਦੀ ਸੇਵਾ ਕਰੋ। ਪਰਮਾਤਮਾ ਹਮੇਸ਼ਾ ਕਰਮ, ਜਿਹੜਾ ਤੁਹਾਡਾ ਕਰਮ ਹੈ ਉਹ ਨਾਲ ਜਾਣਾ ਹੈ, ਧਰਮ ਨੇ, ਪੈਸੇ ਨੇ, ਸਭ ਕੁਛ ਇੱਥੇ ਰਹਿ ਜਾਣਾ ਹੈਗਾ। ਕਿਉਂਕਿ ਧਰਮ, ਫਿਰ ਮੈਂ ਵਾਰ ਵਾਰ ਕਹਿ ਰਿਹਾ, ਧਰਮ ਕੋਈ ਮਾੜਾ ਨਹੀਂ, ਧਰਮ ਸਾਡਾ ਬਣਿਆ, ਧਰਮ ਇੱਥੇ ਹੀ ਛੱਡ ਕੇ ਜਾਣਾ। ਜਿਹੜਾ ਤੁਸੀਂ ਕਿਸੇ ਦੀ ਸੇਵਾ ਕਰੋ ਉਹ ਪਰਮਾਤਮਾ ਕੋਲ ਲੈ ਕੇ ਜਾਣੀ ਹੈਗੀ। ਸਮਾਜ ਦਾ ਕਿਹੋ ਜਿਹਾ ਸਹਿਯੋਗ ਮਿਲਿਆ? ਕਿਉਂਕਿ ਸਮਾਜ ਦੇ ਵਿੱਚ ਦੇਖਣ ਨੂੰ ਮਿਲਦਾ ਜਦੋਂ ਕੋਈ ਚੰਗਾ ਕੰਮ ਕਰੇ, ਸ਼ਲਾਘਾ ਤਾਂ ਕੀ ਕਰਨੀ ਹੁੰਦੀ ਹੈ, ਲੋਕ ਕਿੰਤੂ ਪਰੰਤੂ ਬਹੁਤ ਕਰਦੇ ਨੇ, ਕਦੇ ਤੁਹਾਡੇ ਨਾਲ ਅਜਿਹਾ ਹੋਇਆ? ਦੇਖੋ, ਮੈਂ ਤੁਹਾਨੂੰ ਇਹ ਗੱਲ ਦੱਸ ਦੇਵਾਂ, ਤੁਸੀਂ
ਐਕਚੁਅਲੀ ਮੈਂ ਕਹਿਣਾ ਨਹੀਂ ਚਾਹ ਰਿਹਾ ਸੀ, ਤੁਸੀਂ ਇਹ ਸਵਾਲ ਪੁੱਛ ਲਿਆ। ਸਮਾਜ 'ਚ ਅੱਛੇ ਲੋਕ ਵੀ ਬਹੁਤ ਹੈ, ਅੱਛੇ ਲੋਕ ਹੈਗੇ ਤਾਂ ਹੀ ਇਹ 6 ਕਰੋੜ ਇਕੱਠਾ ਹੋ ਕੇ ਬਣਿਆ ਹੈਗਾ। ਹਾਂ, ਜਦੋਂ ਸੰਸਥਾ ਇੱਕ ਸਿਖਰ 'ਤੇ ਪਹੁੰਚ ਜਾਂਦੀ ਹੈ, ਆਪਣੇ ਟੰਗਾ ਖਿੱਚਣ ਵਾਲੇ ਉਹ ਕਿਵੇਂ ਵੀ ਕਿਵੇਂ ਮਨੋਬਲ ਥੱਲੇ ਗੇੜਨਾ ਹੈਗਾ, ਮੇਰੇ ਨਾਲ ਵੀ ਹੋ ਚੁੱਕਿਆ ਹੈਗਾ। ਬਾਕੀ ਕੋਈ ਚਿੰਤਾ ਵਾਲੀ ਗੱਲ ਨਹੀਂ, ਅੱਛੇ ਮੈਂਬਰ ਵੀ ਜਿਹੜੇ ਹੈਗੇ ਸਪੋਰਟ ਕਰਦੇ ਨੇ, ਉਹਨਾਂ ਕਰਕੇ ਇਹ ਚੀਜ਼ ਚੱਲਦੀ ਹੈਗੀ। ਕਈ ਵਾਰੀ ਇਹੋ ਜਿਹਾ ਸਿਸਟਮ ਵੀ ਹੋ ਜਾਂਦਾ ਹੈਗਾ, ਬੰਦਾ ਕਹਿੰਦਾ ਯਾਰ ਛੱਡ, ਸਾਰਾ ਕੁਝ ਛੱਡ ਦੇ ਯਾਰ, ਕੀ ਰੱਖਿਆ ਹੈਗਾ। ਕਿਉਂਕਿ ਇੰਨਾ ਕੁਛ ਕਰਕੇ ਵੀ ਜਦ ਬੰਦਾ ਮੈਂਬਰ ਹੀ ਤੁਹਾਡੀ ਵਾਹਵਾਹੀ ਨਹੀਂ ਕਰਦੇ, ਸਗੋਂ ਤੁਹਾਨੂੰ ਨੀਚਾ ਗਿਰਨ ਦੀ ਕਰਦੇ ਆ, ਉੱਥੇ ਇਨਸਾਨ ਕਹਿੰਦਾ ਯਾਰ ਇਸ ਤੋਂ ਬਾਅਦ ਹੋਇਆ ਜੀ ਕੋਈ। ਮੈਂ ਤੁਹਾਨੂੰ ਕਹਿ ਰਿਹਾ ਹੋਇਆ ਤਾਂ ਹੀ ਤੁਹਾਨੂੰ ਕਦੇ ਤਾਂ ਇੱਕ ਵਾਰੀ ਤਾਂ ਇਹ ਵੀ ਹੋਇਆ ਕਿ ਛੱਡ ਕੇ ਸਾਰਾ ਕੁਛ, ਇੱਕ ਵਾਰੀ ਪਿੱਛੇ ਹੋਣੀ ਮੇਰੇ ਨਾਲ ਹੋਇਆ, ਮੈਂ ਤੁਹਾਨੂੰ ਦੱਸ ਇਹੀ ਕੀਤਾ ਕਿ ਇਸ ਤੋਂ ਵਧੀਆ ਤਾਂ ਪਰਮਾਤਮਾ ਚੱਕ ਹੀ ਲਵੇ, ਕੋ ਆਪਾਂ ਇਸ ਤੋਂ ਚੱਕਿਆ ਤਾਂ ਮੌਤ ਹੀ ਮਿਲ ਜਾਵੇ, ਇਸ ਤੋਂ ਵਧੀਆ ਨਹੀਂ। ਇੰਨਾ ਥੱਲੇ ਤਾਂ ਗੇਰਨਾ ਲੋਕਾਂ ਨੇ, ਮੈਂਬਰ ਹੀ ਗੇਰਦੇ ਨੇ, ਕੋਈ ਬਾਹਰਲਾ ਨਹੀਂ ਗੇਰਦਾ ਹੈਗਾ। ਕਈ ਮੈਂਬਰ ਇਹੋ ਜਿਹੇ 2-4 ਹੋ ਜਾ, ਸਾਰੇ ਨਹੀਂ, ਸਾਰੇ ਮੈਂਬਰ ਨੇ, 2-4 ਇਹੋ ਜਿਹੇ ਆਉਂਦੇ ਨੇ, ਉਹ ਇਸ ਤੋਂ ਨਾ ਨੀਵਾਂ ਗੇਰ ਦਿੰਦੇ ਨੇ ਬੰਦੇ ਨੂੰ, ਨਾ ਮੌਤ ਦੇ ਹਵਾਲੇ ਕਰ ਦਿੰਦੇ, ਕਿਹਾ ਅਸੀਂ ਤਾਂ ਮਾਰਨਾ ਨਹੀਂ, ਇਹ ਆਪ ਹੀ ਖੁਦਕੁਸ਼ੀ ਕਰਕੇ ਮਰ ਜਾਵੇ। ਇਸ ਤਰ੍ਹਾਂ ਦੇ ਮੈਂਬਰ ਵੀ ਹੈਗੇ ਨੇ। ਉਸ ਸਮੇਂ ਦੇ ਵਿੱਚ ਕੋਈ ਸਹਾਰਾ ਦੇਣ ਵਾਲਾ ਵੀ ਮਿਲਦੇ ਨੇ ਮੈਂਬਰ ਕੁਛ? ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸਹਾਰਾ ਦੇਣ ਵਾਲੇ ਸੀ, ਤਾਂ ਹੀ ਤਾਂ ਬਚ ਗਏ। ਕਈ ਮੈਂਬਰ ਹੈ, ਮੈਂ ਕਹਿ ਰਿਹਾ 2-4-5 ਮੈਂਬਰ ਹੀ ਇਹੋ ਜਿਹੇ ਸੀ, ਬਾਕੀ ਜਿਹੜੇ ਮੈਂਬਰ ਸੀ ਉਹ ਸਾਰਾ ਦੇਣ ਵਾਲੇ ਸੀ, ਤਾਂ ਹੀ ਬਚ ਗਏ। ਕਿਉਂਕਿ ਇਹ ਜਿਹੜਾ ਸੈਂਟਰ ਹੈ, ਪਿਤਾ ਪਰਮੇਸ਼ਵਰ ਨੇ, ਸਾਡਾ ਕੋਈ ਯੋਗਦਾਨ ਨਹੀਂ, ਇਹ ਪੰਜਾਬ ਦੀ ਵਿਰਾਸਤ ਹੈ। ਪਰਮਾਤਮਾ ਨੇ ਕਿਹਾ ਬਣ ਗਿਆ, ਸਾਡੀ ਕਿਉਂ ਕਾਰ 'ਤੇ ਅਸੀਂ ਬਣਾ ਦਈਏ? ਮੈਂ ਇੱਕ 10 ਪੜਿਆ ਇਨਸਾਨ ਹਾਂ, ਤੁਹਾਡੇ ਚੈਨਲ ਤੋਂ ਇੱਕ ਦੱਸ ਰਿਹਾ ਕਿ ਮੈਂ 10 ਪੜਿਆ, ਔਰ ਮੈਂ ਦਾਅਵੇ ਨਾਲ ਤੁਹਾਨੂੰ ਕਹਿ ਰਿਹਾ ਵੱਡੇ ਤੋਂ ਵੱਡੇ ਡਾਕਟਰ ਨੂੰ ਇੱਥੇ ਲਿਆਓ, ਦਿਖਾਓ ਆ ਡਾਇਲਸਿਸ ਸੈਂਟਰ। ਕੋਈ ਕਹਿ ਨਹੀਂ ਸਕਦਾ ਕਿ 10 ਪੜਿਆ ਇਨਸਾਨ ਬਣਾ ਦੂਗਾ, ਮੈਂ ਨਹੀਂ ਬਣਾਇਆ, ਪਰਮਾਤਮਾ ਨੇ ਪ੍ਰੇਰਣਾ ਦਿੱਤੀ ਤਾਂ ਇਹ ਬਣਿਆ, ਪਰਮਾਤਮਾ ਮੇਰੇ ਨਾਲ ਖੜਿਆ, ਅੱਜ ਵੀ ਪਰਮਾਤਮਾ ਖੜਿਆ, ਜਿੱਦਣ ਪਰਮਾਤਮਾ ਨਹੀਂ ਖੜੂਗਾ ਮੈਂ ਆਪ ਹੀ ਛੱਡ ਜਾਣਾ। ਔਰ ਫਿਰ ਤੁਹਾਡੇ ਦੈਨਿਕ ਸਵੇਰਾ ਚੈਨਲ ਤੋਂ ਖੁੱਲ੍ਹਾ ਚੈਲੇਂਜ ਹੈ ਮੇਰਾ, ਆਪਣੇ ਮੈਂਬਰਾਂ ਨੂੰ ਵੀ, ਸਮਾਜ ਨੂੰ ਵੀ, ਜਿਹੜਾ ਮਰਜ਼ੀ ਇੱਥੇ ਆ ਕੇ ਸੇਵਾ ਕਰੇ, ਮੈਂ ਕੱਲ੍ਹ ਪਦ ਆਪਣਾ ਪ੍ਰਧਾਨ ਪਦ ਛੱਡ ਦਾਂਗਾ, ਮਹੀਨਾ ਇੱਥੇ ਸੇਵਾ ਦੇਵੇ ਜਿਵੇਂ ਮੈਂ ਦੇ ਰਿਹਾ, ਉਸ ਤੋਂ ਬਾਅਦ ਮੈਂ ਇਹਨਾਂ ਨੂੰ ਸਮਝਾ ਕੇ ਮੈਂ ਅੱਜ ਆਪਣਾ ਪਦ ਛੱਡਣ ਨੂੰ ਵੀ ਤਿਆਰ ਬੈਠਿਆ ਹੈਗਾ। ਕਿਉਂਕਿ ਮੈਨੂੰ 5-7 ਥਾਂ ਤੋਂ ਇਹ ਮੈਸੇਜ ਆਏ ਨੇ ਕਿ ਵੀ ਆਓ ਡਾਇਲਸਿਸ ਸੈਂਟਰ ਖੋਲ੍ਹੇ, ਇਹ ਬਿਲਕੁਲ ਡਾਇਲਸਿਸ ਸੈਂਟਰ ਬਹੁਤ ਵਧੀਆ ਔਰ ਹਰੇਕ ਚੀਜ਼ ਅੱਛੀ ਤਰੀਕੇ ਚੱਲ ਰਿਹਾ ਹੈਗਾ। ਔਰ ਮੈਂ ਫਿਰ ਤੁਹਾਨੂੰ ਕਹਿ ਰਿਹਾ, ਕੋਈ ਵੀ ਮੈਂਬਰ ਨਹੀਂ, ਕੋਈ ਸਮਾਜ ਦਾ ਸਮਾਜ ਸੇਵਕ ਵੀ ਕੋਈ ਆਉਣ ਨੂੰ ਤਿਆਰ ਹੈ, ਮੈਂ ਇਹ ਡਾਇਲਸਿਸ ਸੈਂਟਰ ਉਹਦੇ ਹੈਂਡਓਵਰ ਕਰਨ ਨੂੰ ਤਿਆਰ ਹੈਗਾ, ਕਿਉਂਕਿ ਮੇਰੀ ਸੇਵਾ ਹੋਰ ਅੱਗੇ ਲੋਕਾਂ ਨੂੰ ਬਹੁਤ ਚਾਹੀਦੀ ਹੈਗੀ। ਦੀਪਕ ਜੀ, ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜਿਹੇ ਹੋਰ ਸੈਂਟਰ ਬਣਾਉਣ ਦਾ ਵੀ ਕੋਈ ਵਿਚਾਰ ਹੈਗਾ ਮਨ ਦੇ ਵਿੱਚ? ਬਿਲਕੁਲ ਜੀ, ਪਹਿਲਾਂ ਤਾਂ 15 ਮਸ਼ੀਨਾਂ ਅਸੀਂ ਇੱਥੇ ਲਾ ਰਹੇ, ਔਰ ਤੁਹਾਨੂੰ ਦੱਸ ਦਈਏ ਜਗਰਾਵਾਂ ਪੁਲ ਦੁਰਗਾ ਮਾਤਾ ਮੰਦਿਰ ਹੈ, ਬਲਬੀਰ ਗੁਪਤਾ ਜੀ ਉੱਥੇ ਦੇ ਪ੍ਰਧਾਨ ਨੇ, ਠਾਕੁਰ ਕਲੋਨੀ ਪੱਖੋਵਾਲ ਰੋਡ 'ਤੇ, ਸਾਡੀ ਜਲਦੀ ਹੀ ਥੱਲੇ ਆਪਣਾ ਟੈਲਰ ਲੱਗ ਚੁੱਕਿਆ ਨੇ, ਜਲਦੀ 10 ਮਸ਼ੀਨਾਂ ਦਾ ਡਾਇਲਸਿਸ ਸੈਂਟਰ ਉੱਥੇ ਵੀ ਤਿਆਰ ਹੋ ਰਿਹਾ। ਜਲੰਧਰੋਂ ਵੀ ਮੈਨੂੰ ਔਫਰ ਆਈ ਹੋਈ ਹੈ, ਜਲੰਧਰ ਵੀ ਆ, ਹੁਣ ਤੁਹਾਨੂੰ ਕਹਿ ਰਿਹਾ ਮੁਹਾਲੀ ਤੋਂ ਅੱਜ ਆਇਆ, ਉਹ ਕਹਿੰਦੇ ਇੱਕ ਮਸ਼ੀਨ ਦੇ ਰਿਹਾ ਅਤੇ ਉੱਥੇ ਮਸ਼ੀਨਾਂ ਲਾਓ। ਅਤੇ ਇਸ ਕਰਕੇ ਜਿਹੜਾ ਕੋਈ ਜ਼ਰੂਰਤਮੰਦ ਹੈ, ਬੇਸਹਾਰਾ ਲੋਕ ਹੈ, ਉਹਨਾਂ ਦੀ ਜ਼ਰੂਰਤ ਪੂਰੀ ਕਰੋ, ਤੁਸੀਂ ਉਹਨਾਂ ਦੀ ਜ਼ਰੂਰਤ ਪੂਰੀ ਕਰਤੀ, ਪਰਮਾਤਮਾ ਦੀ ਜ਼ਰੂਰਤ ਪੂਰੀ ਹੋ ਗਈ। ਫਿਰ ਪਰਮਾਤਮਾ ਨੂੰ ਨਾ ਪਰਮਾਤਮਾ ਨੂੰ ਕੁਝ ਦੇਣ ਦੀ ਲੋੜ ਹੈ, ਪਰਮਾਤਮਾ ਨੂੰ ਆਪਣੀ ਭਗਤੀ ਦਿਓ ਜਿਹੜੀ ਦੇਣੀ ਹੈਗੀ। ਦੀਪਕ ਜੀ, ਇੱਕ ਚੀਜ਼ ਦੇਖੀ, ਜਦੋਂ ਅਸੀਂ ਤੁਹਾਡੇ ਇੱਥੇ ਐਂਟਰ ਕਰ ਰਹੇ ਸੀਗੇ ਤਾਂ ਸਰਕਾਰੀ ਹਸਪਤਾਲ ਦੇ ਵਿੱਚੋਂ ਹੋ ਕੇ ਉੱਪਰ ਸੈਕਿੰਡ ਫਲੋਰ 'ਤੇ ਆਉਣਾ ਪੈਂਦਾ, ਵੀ ਇਹ ਕਿਵੇਂ ਸਬੱਬ ਬਣਿਆ ਵੀ ਇੱਕ ਸਰਕਾਰੀ ਹਸਪਤਾਲ ਦੇ ਵਿੱਚ ਤੁਸੀਂ ਪ੍ਰਾਈਵੇਟ ਆਪਣਾ ਜਿਹੜਾ ਕਿ ਸੈਂਟਰ ਉਹ ਚਲਾ ਰਹੇ ਹੋ? ਦੇਖੋ, ਇਸ ਤਰ੍ਹਾਂ ਸਾਡਾ ਜਿਹੜਾ ਟਾਈ ਆ ਪੰਜਾਬ ਸਰਕਾਰ ਨਾਲ ਹੋਇਆ, ਸਾਡੇ ਹੈਲਥ ਮਿਨਿਸਟਰ ਬਲਬੀਰ ਸਿੰਘ ਜੀ, ਅਤੇ ਪਹਿਲਾਂ ਜਿਹੜੇ ਲੁਧਿਆਣੇ ਦੇ ਸਿਵਲ ਸਰਜਨ ਮੈਡਮ ਹਿਤਿੰਦਰ ਕੌਰ, ਅੱਜ ਉਹ ਡਾਇਰੈਕਟਰ ਨੇ, ਪੰਜਾਬ ਦੇ ਡਾਇਰੈਕਟਰ ਨੇ, ਮੈਡਮ ਹਿਤਿੰਦਰ ਕੌਰ ਔਰ ਪੰਜਾਬ ਦੇ ਹੈਲਥ ਮਿਨਿਸਟਰ ਜੇ ਸਾਡਾ ਸਾਥ ਨਾ ਦਿੰਦੇ ਤਾਂ ਅੱਜ ਇਸ ਮੁਕਾਮ 'ਤੇ ਨਹੀਂ ਪਹੁੰਚਦੇ ਅਸੀਂ।
ਸਭ ਤੋਂ ਵੱਡਾ ਯੋਗਦਾਨ ਮੈਡਮ ਹਿਤਿੰਦਰ ਕੌਰ ਦਾ ਹੈਗਾ। ਕਈ ਵਾਰੀ ਮੈਨੂੰ ਗੁੱਸਾ ਵੀ ਆ ਜਾਂਦਾ ਸੀ, ਮੈਨੂੰ ਮੈਡਮ ਹਿਤਿੰਦਰ ਕੌਰ ਇਹ ਕਹਿੰਦੇ ਸੀ ਗਰਗ ਸਾਹਿਬ ਕੂਲ ਕੂਲ ਸਰਕਾਰੀ ਕੰਮ ਥੋੜ੍ਹਾ। ਅੱਜ ਉਹਨਾਂ ਦੇ ਮੁਕਾਮ ਤੋਂ ਅਸੀਂ ਆਹ ਡਾਇਲਸਿਸ ਸੈਂਟਰ ਖੁੱਲ੍ਹਿਆ ਹੈਗਾ। ਸਭ ਤੋਂ ਵੱਡਾ ਸਲੂਟ ਜੇ ਸਭ ਤੋਂ ਵੱਡਾ ਪੁੰਨ ਦੀ ਪ੍ਰਾਪਤੀ ਜਿਹੜੀ ਹੈਗੀ ਸਾਡੇ ਮੈਡਮ ਹਿਤਿੰਦਰ ਕੌਰ ਨੂੰ ਜਾਂ ਹੈਲਥ ਮਿਨਿਸਟਰ ਨੂੰ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਹੈਗਾ। ਜੇਕਰ ਤੁਹਾਡੇ ਡਾਇਲਸਿਸ ਸੈਂਟਰ ਦੇ ਵਿੱਚ ਕਿਸੇ ਨੇ ਆਉਣਾ ਹੋਵੇ, ਸੰਪਰਕ ਕਰਨਾ ਹੋਵੇ, ਤਾਂ ਕਿਸ ਤਰ੍ਹਾਂ ਦੇ ਨਾਲ ਅਸੀਂ ਤੁਹਾਡੇ ਕੋਲ ਸੰਪਰਕ ਕਰ ਸਕਦੇ, ਅਪਰੋਚ ਕਰ ਸਕਦੇ ਲੋਕ? ਦੇਖੋ ਜੀ, ਸਾਡਾ ਜਿਹੜਾ ਡਾਇਲਸਿਸ ਸੈਂਟਰ ਹੈ ਲੁਧਿਆਣੇ, ਪੰਚਮ ਹੋਸਪਿਟਲ, ਜਵੱਦੀ ਪਿੰਡ, ਜਿਹੜਾ ਦੁਗਰੀ ਤੋਂ ਪੱਖੋਵਾਲ ਰੋਡ ਨੂੰ ਕਨਾਲ ਰੋਡ ਹੈ, ਨਹਿਰ ਹੈ, ਉਹ ਮੇਨ ਰੋਡ 'ਤੇ ਹੈਗਾ। ਜਿੱਥੇ ਮਰਜ਼ੀ, ਮੇਰਾ ਮੋਬਾਇਲ ਨੰਬਰ 9814732120, 9841432120 'ਤੇ ਸੰਪਰਕ ਕਰੋ। 24 ਘੰਟੇ ਮੋਬਾਇਲ ਖੋਲ੍ਹਿਆ, ਜਦ ਮਰਜ਼ੀ ਮੈਨੂੰ ਫੋਨ ਕਰੋ। ਔਰ ਤੁਹਾਡੇ ਚੈਨਲ ਤੋਂ ਮਾਧਿਅਮ ਲਾਸਟ, ਪਹਿਲਾਂ ਕਹਿਣਾ ਚਾਹੀਦਾ ਸੀ, ਫਿਰ ਮੈਂ ਲਾਸਟ ਮੈਂ ਦਾਨੀ ਸੱਜਣਾਂ ਨੂੰ ਕਿਹਾ ਸਾਨੂੰ 15 ਮਸ਼ੀਨਾਂ ਦੀ ਲੋੜ ਹੈ। ਅੱਜ ਇੱਕ ਮਸ਼ੀਨ ਸਾਨੂੰ ਮੋਹਾਲੀ ਤੋਂ ਕਿਸੇ ਬਿਜ਼ਨਸਮੈਨ ਨੇ ਔਫਰ ਕੀਤੀ ਹੈਗੀ। ਤੁਸੀਂ ਇਹੋ ਜਿਹੇ ਡਾਇਲਸਿਸ ਸੈਂਟਰਾਂ ਨੂੰ ਆਪਣਾ ਯੋਗਦਾਨ ਦਿਓ, ਪੁੰਨੇ ਦੀ ਪ੍ਰਾਪਤੀ, ਜਿੱਥੇ ਤੁਸੀਂ ਸੁਖੀ ਜੀਵਨ ਤੁਹਾਨੂੰ ਮਿਲੂਗਾ, ਤੁਹਾਡਾ ਕਾਰੋਬਾਰ ਵੀ ਅਤੇ ਪਰਿਵਾਰ ਵੀ ਸੁਖੀ ਰਹੂਗਾ। ਇਸ ਟਾਈਮ ਇੱਥੇ ਕਿੰਨੀਆਂ ਮਸ਼ੀਨਾਂ ਨੇ ਤੁਹਾਡੇ ਕੋਲ ਜਿਹੜੀਆਂ ਲੱਗੀਆਂ ਹੋਈਆਂ ਨੇ, ਕਿੰਨੇ ਬੈੱਡ ਨੇ ਤੁਹਾਡੇ ਕੋਲ? ਸਾਡੇ ਕੋਲ 20 ਮਸ਼ੀਨਾਂ ਲੱਗੀਆਂ, 15 ਜਿਹੜੀਆਂ ਆਮ ਹਸਪਤਾਲਾਂ 'ਚ, 5 ਮਸ਼ੀਨਾਂ ਡਬਲ ਫਿਲਟਰ ਦੀ ਹੈਪੀ ਫੋਰਜਿੰਗ ਪਰਤੋਸ ਗਰਗ ਜੀ ਨੇ ਸਾਨੂੰ ਜਿਹੜੀਆਂ ਦਿੱਤੀਆਂ ਹੈਗੀਆਂ। ਪੂਰੇ ਪੰਜਾਬ 'ਚ ਕਿਸੇ ਵੀ ਪ੍ਰਾਈਵੇਟ ਹਸਪਤਾਲ 'ਚ 5 ਮਸ਼ੀਨਾਂ ਨਹੀਂ ਹੈਗੀਆਂ, ਉਹ ਲੱਗੀਆਂ ਨੇ, ਜਿਨ੍ਹਾਂ ਦਾ ਡਾਇਲਸਿਸ ਦਾ ਖਰਚਾ 1 ਮਹੀਨੇ 'ਚ 70 ਤੋਂ 80 ਹਜ਼ਾਰ ਰੁਪਇਆ ਆਉਂਦਾ ਹੈ। ਕਿੰਨੀ ਸ਼ਿਫਟ ਦੇ ਵਿੱਚ ਡਾਇਲਸਿਸ ਹੁੰਦੀ ਹੈ ਇੱਥੇ? ਹੁਣ ਅਸੀਂ ਦੇਖ ਰਹੇ ਹਾਂ ਵੀ ਜਦੋਂ ਅਸੀਂ ਆਏ ਸੀ ਉਦੋਂ ਤਾਂ ਪੇਸ਼ੈਂਟ ਸੀਗੇ, ਪਰ ਹੁਣ ਲੱਗਦਾ ਵੀ ਜਾ ਚੁੱਕੇ ਨੇ। ਕਿੰਨੀਆਂ ਸ਼ਿਫਟ ਦੇ ਵਿੱਚ ਹੁੰਦੀਆਂ ਇੱਥੇ? ਦੇਖੋ, ਸਾਡੀ 2 ਸ਼ਿਫਟ ਚੱਲਦੀਆਂ, ਸਰਕਾਰ ਵੱਲੋਂ 2 ਸ਼ਿਫਟ ਦੀ ਪਰਮਿਸ਼ਨ ਮਿਲੀ ਹੈ। ਅਸੀਂ ਪੰਜਾਬ ਸਰਕਾਰ ਨੂੰ, ਮੈਂ ਜਲਦੀ ਹੀ ਇੱਕ ਲੈਟਰ ਹੈਲਥ ਮਿਨਿਸਟਰ ਸਾਹਿਬ ਨੂੰ, ਡਾਇਰੈਕਟਰ ਮੈਡਮ ਹਿਤਿੰਦਰ ਕੌਰ ਨੂੰ, ਸਿਵਲ ਸਰਜਨ ਜਿਹੜੇ ਸਾਡੇ ਨਵੇਂ ਆਏ ਹਾਲੇ, ਮੈਂ ਉਹਨਾਂ ਨਾਲ ਮੁਲਾਕਾਤ ਵੀ ਨਹੀਂ ਕੀਤੀ, ਲੈਟਰ ਦੇਵਾਂਗੇ। ਘੱਟ ਤੋਂ ਘੱਟ ਤੁਹਾਨੂੰ 3 ਸ਼ਿਫਟ ਚੱਲਣ, 3 ਸ਼ਿਫਟ ਨਾਲ 20 ਮਸ਼ੀਨਾਂ, 60 ਮਰੀਜ਼ਾਂ ਨੂੰ ਤਾਂ ਲੋਕਾਂ ਨੂੰ ਜੀਵਨਦਾਨ ਮਿਲੂਗਾ ਇੱਥੇ। ਬਿਲਕੁਲ, ਇਹ ਸਨ ਹੈਲਪਫੁਲ NGO ਤੋਂ ਦੀਪਕ ਗਰਗ ਜੀ, ਜਿਨ੍ਹਾਂ ਦਾ ਸਮਾਜ ਨੂੰ ਬਹੁਤ ਵੱਡਾ ਜਿਹੜਾ ਕਿ ਮੈਸੇਜ ਦਿੰਦੇ ਹੋਏ ਨਜ਼ਰ ਆ ਰਹੇ ਨੇ। ਨਾਲ ਦੀ ਨਾਲ ਇਹ ਵੀ ਕਹਿ ਰਹੇ ਨੇ ਕਿ ਸਾਨੂੰ ਸਮਾਜਿਕ ਕੰਮਾਂ ਦੇ ਵਿੱਚ ਯੋਗਦਾਨ ਹੈ ਉਹ ਜ਼ਰੂਰ ਪਾਉਣਾ ਚਾਹੀਦਾ। ਕੈਮਰਾ ਪਰਸਨ ਸਲਮਾਨ ਦੇ ਨਾਲ ਹਿੰਮਤ ਸਿੰਘ ਦਿਕਪਾਲ, ਦੈਨਿਕ ਸਵੇਰਾ, ਲੁਧਿਆਣਾ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ TV, ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ, ਐਕਸ ਔਰ ਵਟਸਐਪ ਚੈਨਲ ਪਰ।